जय हिंद भाई सारे कैंडिडेट्स ਨੂੰਤਾ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਕਲਾਸ ਲੈ ਕੇ ਤੇ ਅੱਜ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ ਜੀ ਪੋਲਟੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੋਪਿਕ ਮੂਲ ਅਧਿਕਾਰਾਂ ਦਾ ਠੀਕ ਹੈ ਅੰਗਰੇਜ਼ੀ ਦੇ ਵਿੱਚ ਇਹਨੂੰ ਕਹਿੰਦੇ ਜੀ ਫੰਡਾਮੈਂਟਲ ਰਾਈਟ ਤੇ ਇਸ ਤੋਂ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਸਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਕਵਰ ਕਰਾਂਗੇ ਤੇ ਇਹ ਦੋਸਤੋ ਇਦਾਂ ਦਾ ਟੌਪਿਕ ਹੈ ਭਾਵੇਂ ਇੱਥੇ ਸਟੇਟ ਦਾ ਐਗਜ਼ਾਮ ਹੋਵੇ ਜਾਂ ਫਿਰ ਸੈਂਟਰਲ ਲੈਵਲ ਦਾ ਹਰੇਕ ਐਗਜ਼ਾਮ ਦੇ ਵਿੱਚ ਜਿੱਥੇ ਪੋਲਟੇ ਆਂਦੀ ਹੈ ਇਸ ਟੌਪਿਕ ਦੇ ਵਿੱਚੋਂ ਇੱਕ ਕੁਐਸਚਨ ਜਿਹੜਾ 100% ਪੁੱਛਿਆ ਜਾਂਦਾ ਹੈ ਤਾਂ ਤੁਸੀਂ ਇਸ ਟੌਪਿਕ ਨੂੰ ਵਧੀਆ ਤਰੀਕੇ ਨਾਲ ਕਵਰ ਕਰਨਾ ਤੇ ਨਾਲੇ ਜੇ ਤੁਸੀਂ ਪੁਲਿਸ ਡਿਪਾਰਟਮੈਂਟ ਦੀ ਕਿਸੇ ਜੋਬ ਵਾਸਤੇ ਜਾ ਰਹੇ ਹੋ ਫਿਰ ਤਾਂ ਤੁਸੀਂ ਇਹਨੂੰ ਪੂਰੇ ਤਰੀਕੇ ਨਾਲ ਪ੍ਰੀਪੇਅਰ ਕਰ ਲੈਣਾ ਠੀਕ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਹੈ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਮੂਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਲਿਖੇ ਹੋਏ ਹੈ ਕੁਐਸਚਨ ਨੂੰ ਮੋਰ ਤੋਂ ਸੁਣ ਲਓ ਮੂਲਿਕ ਅਧਿਕਾਰ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਲਿਖੇ ਹੋਏ ਹੈ ਤੁਸੀਂ ਦੱਸਣਾ ਹੈ ਜੇ ਪਤਾ ਹੈ ਬਈ ਫਟਾਫਟ ਕਮੈਂਟ ਕਰਕੇ ਦੱਸ ਦਿਓ ਜੇ ਨਹੀਂ ਪਤਾ ਤਾਂ ਧਿਆਨ ਨਾਲ ਸੁਣ ਲਓ ਇਹ ਲਿਖੇ ਹੋਏ ਹੈ ਜੀ ਆਪਣੇ ਸੰਵਿਧਾਨ ਦੇ ਭਾਗ ਤੀਜੇ ਵਿੱਚ ਆਪਸ਼ਨ ਬੀ ਸਵਾਲ ਦਾ ਸਹੀ ਜਵਾਬ ਹੈ ਤੇ ਜਿਹੜੇ ਮੌਲਿਕ ਅਧਿਕਾਰ ਬਈ ਇਸ ਦੀ ਪ੍ਰੇਰਣਾ ਆਪਾਂ ਲਈ ਸੀ ਯੂ ਐਸ ਏ ਤੋਂ ਠੀਕ ਹੈ ਜਿਹਨੂੰ ਕਹਿੰਦੇ ਜੀ ਸੰਯੁਕਤ ਰਾਜ ਅਮਰੀਕਾ ਤਾਂ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਤੁਸੀਂ ਇਹਨੂੰ ਵੀ ਧਿਆਨ ਰੱਖਣਾ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 2 ਪੁੱਛਿਆ ਗਿਆ ਹੈ ਭਾਰਤ ਦੇ ਸਿਧਾਂਤ ਦੇ ਭਾਗ ਤੀਜੇ ਦਾ ਸੰਬੰਧ ਕਿਸ ਦੇ ਨਾਲ ਹੈ ਕੁਐਸਚਨ ਨੰਬਰ ਤਾਂ ਸੁਣ ਲਓ ਭਾਰਤ ਦੇ ਸੰਵਿਧਾਨ ਦੇ ਭਾਗ ਤੀਜੇ ਦਾ ਸੰਬੰਧ ਕਿਸ ਦੇ ਨਾਲ ਹੈ ਤੁਸੀਂ ਦੱਸਣਾ ਹੈ ਮੂਲ ਅਧਿਕਾਰ ਠੀਕ ਹੈ ਜਿਹੜਾ ਆਪਣੇ ਸੰਵਿਧਾਨ ਦਾ ਭਾਗ ਤੀਜਾ ਹੈ ਇਹ ਸੰਬੰਧਿਤ ਹੈ ਜੀ ਮੂਲ ਅਧਿਕਾਰਾਂ ਦੇ ਨਾਲ ਟਾਈਪਿੰਗ ਦੇ ਨਾਲ ਜਾਏ ਉਹ ਮਾੜੇ ਮੋਟੀ ਮਿਸਟੇਕਾਂ ਹੋ ਜਾਂਦੀ ਹੈ ਠੀਕ ਹੈ ਤਾਂ ਆਪਣੇ ਸੰਵਿਧਾਨ ਦਾ ਭਾਗ ਤੀਜਾ ਮੂਲ ਅਧਿਕਾਰਾਂ ਦੇ ਨਾਲ ਸੰਬੰਧਿਤ ਹੈ ਤੇ ਇਹ ਜਿਹੜਾ ਕੁਸ਼ਣ ਹੈ ਦੋਸਤੋ ਹੂਬ ਹੂ ਪਹਿਲੇ ਕੁਸ਼ਣ ਦੇ ਨਾਲ ਮਿਲਦਾ ਜੁਲਦਾ ਹੈ ਠੀਕ ਹੈ ਬਟ ਲੈਂਗੁਏਜ ਦੇ ਵਿੱਚ ਮਾੜਾ ਮੋਟਾ ਇਹਨਾਂ ਨੇ ਫੇਰ ਬਦਲ ਕਰਕੇ ਨਵਾਂ ਕੁਸ਼ਣ ਇੱਥੇ ਬਣਾ ਦਿੱਤਾ ਹੈ ਦੋਵੇਂ ਕੁਸ਼ਣ ਐਗਜ਼ਾਮ ਦੇ ਵਿੱਚ ਪੁੱਛੇ ਜਾ ਚੁੱਕੇ ਇਸ ਕਰਕੇ ਮੈਂ ਸ਼ਾਮਿਲ ਕੀਤੇ ਕੁਸ਼ਣ ਨੰਬਰ 3 ਪੁੱਛਿਆ ਗਿਆ ਜੀ ਭਾਰਤੀ ਨਾਗਰੀਕਾਂ ਦੇ ਮੂਲਿਕ ਅਧਿਕਾਰਾਂ ਹੈ ਜਨਕੀ ਅੱਗੇ ਤੁਸੀਂ ਲਾਈਨ ਪੂਰੀ ਕਰਨੀ ਹੈ ਕਿ ਭਾਰ ਦੇ ਜਿਹੜੇ ਨਾਗਰਿਕ ਹੈ ਉਹਨਾਂ ਦੇ ਮੂਲਿਕ ਅਧਿਕਾਰਾਂ ਦਾ ਵਰਣਨ ਕਿੱਥੋਂ ਤੱਕ ਹੈ ਤੁਸੀਂ ਦੱਸਣਾ ਹੈ ਸਟਾਰਟਿੰਗ ਪੁਆਇੰਟ ਦੱਸਣਾ ਤੇ ਐਂਡਿੰਗ ਪੁਆਇੰਟ ਵੀ ਤੁਸੀਂ ਦੱਸਣਾ ਹੈ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ ਤੇ ਸਹੀ ਜਵਾਬ ਕਿਹੜਾ ਹੈ ਬਈ ਕਮੈਂਟ ਕਰਕੇ ਦੱਸਿਓ ਫਟਾਫਟ ਸਹੀ ਜਵਾਬ ਬਣਦਾ ਹੈ ਜੀ ਆਪਸ਼ਨ ਸੀ ਅਨੁਛੇਦ 12 ਤੋਂ ਲੈ ਕੇ 35 ਤੱਕ ਆਪਣੇ ਅਮੂਲਿਕ ਅਧਿਕਾਰ ਜਿਹੜੇ ਹੈ ਉਹਨਾਂ ਦਾ ਵਰਣਨ ਹੁੰਦਾ ਹੈ ਬਟ ਤੁਸੀਂ ਅਕਸਰ ਜਿਹੜਾ ਬੁੱਕਸ ਦੇ ਵਿੱਚ ਰੀਡ ਕਰਦੇ ਹੋ 14 ਤੋਂ ਸ਼ੁਰੂ ਹੁੰਦੀ ਹੈ ਤੇ 32 ਤੱਕ ਜਾਂਦੇ ਐ ਇਸ ਦਾ ਰੀਜ਼ਨ ਇਹ ਹੈ ਬਈ ਕਿ ਸਟਾਰਟਿੰਗ ਵਾਲੇ ਜਿਹੜੇ ਦੋ ਅਨੁਛੇਦ ਹੁੰਦੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਕੰਮ ਦੇ ਵਿੱਚ ਨਹੀਂ ਲਿਆ ਜਾਂਦਾ ਨਾ ਹੀ ਉਹਨਾਂ ਬਾਰੇ ਜ਼ਿਆਦਾ ਕੁਐਸਚਨ ਪੁੱਟ ਹੁੰਦੇ ਆ ਤਾਂ ਉਸ ਦੇ ਬਾਰੇ ਕੋਈ ਜ਼ਿਆਦਾ ਆਪਾਂ ਨੂੰ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀ ਫਿਰ ਵੀ ਤੁਹਾਡੀ ਨੋਲੇਜ ਵਾਸਤੇ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ 12ਵਾਂ ਅਨੁਛੇਦ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਇੰਡੀਆ ਇੱਕ ਯੂਨੀਅਨ ਹੈ ਤੇ ਕੋਈ ਵੀ ਥਾਂ ਇੰਡੀਆ ਦੀ ਜਿਹੜੀ ਕੋਈ ਵੀ ਥਾਂ ਹੈ ਉਸ ਨੂੰ ਇੰਡੀਆ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਠੀਕ ਹੈ ਤੇ ਜਿਹੜਾ ਆਪਣਾ 13 ਅਨੁਛੇਦ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਜਿੰਨੇ ਵੀ ਇੱਥੇ ਆਪਣੇ ਅਧਿਕਾਰ ਹੈ ਜਿੰਨੇ ਵੀ ਆਪਣੇ ਮੂਲ ਅਧਿਕਾਰ ਹੈ ਜਿਹੜੇ ਸੰਵਿਧਾਨ ਦੇ ਵਿੱਚ ਲਿਖੇ ਹੋਇਆ ਹੈ ਉਹਨਾਂ ਨੂੰ ਹੁਣ ਲੈਸ ਟਰਮ ਦੇ ਵਿੱਚ ਨਹੀਂ ਘਟਾਇਆ ਜਾ ਸਕਦਾ ਜੇ ਕੋਈ ਪਾਵਰਫੁੱਲ ਸਰਕਾਰ ਹੈ ਉਹਨਾਂ ਦੇ ਵਿੱਚ ਸੋਧ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਵਧਾ ਸਕਦੀ ਹੈ ਬਟ ਉਹਨਾਂ ਨੂੰ ਘਟਾ ਨਹੀਂ ਸਕਦੀ ਠੀਕ ਹੈ ਉਸ ਤੋਂ ਬਾਅਦ 14 ਨੰਬਰ ਵਾਲਾ ਅਨੁਛੇਦ ਸ਼ੁਰੂ ਹੁੰਦਾ ਹੈ ਜਿਹੜਾ ਸਮਾਨਤਾ ਦੀ ਗੱਲ ਕਰਦਾ ਹੈ 14 ਤੋਂ ਲੈ ਕੇ ਜਿਹੜੇ 18 ਤੱਕ ਚੱਲਦੇ ਆ ਉਹ ਸਮਾਨਤਾ ਦੀਆਂ ਗੱਲਾਂ ਕਰਦੇ ਆ ਠੀਕ ਹੈ 19 ਤੋਂ ਲੈ ਕੇ 22 ਤੱਕ ਜਿਹੜੇ ਚੱਲਦੇ ਆ ਉਹ ਇੱਥੇ ਸਵਤੰਤਰਤਾ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਉਸ ਤੋਂ ਬਾਅਦ 23 ਤੋਂ ਲੈ ਕੇ ਜਿਹੜੇ 24 ਤੱਕ ਚੱਲਦੇ ਆ ਉਹ ਗੱਲ ਕਰਦੇ ਆ ਦੀ ਸ਼ੋਸ਼ਣ ਦੇ ਵਿਰੁੱਧ ਜਿਹੜੇ ਆਪਣੇ ਅਧਿਕਾਰ ਹੈ ਉਹਨਾਂ ਦੀ ਠੀਕ ਹੈ ਤੇ ਇੱਥੇ 25 ਤੋਂ ਲੈ ਕੇ 28 ਤੱਕ ਜਿਹੜੇ ਅਨੁਛੇਦ ਹੈ ਉਹ ਗੱਲ ਕਰਦੇ ਹੈ ਜੀ ਆਪਣੀ ਧਾਰਮਿਕ ਸਵਤੰਤਰਤਾ ਦੀ ਠੀਕ ਹੈ ਤੇ ਇਸ ਤੋਂ ਬਾਅਦ 29 ਤੋਂ ਲੈ ਕੇ 30 ਤੱਕ ਜਿਨੇ ਵੀ ਅਨੁਛੇਦ ਹੈ ਉਹ ਗੱਲ ਕਰਦੇ ਜੀ ਆਪਣੀ ਸੰਸਕ੍ਰਿਤ ਤੇ ਆਪਣੀ ਸਿੱਖਿਆ ਦੇ ਅਕੋਰਡਿੰਗ ਜਿਹੜੇ ਆਪਣੇ ਅਧਿਕਾਰ ਬਣਦੇ ਹੈ ਉਹਨਾਂ ਦੀ ਇਸ ਤੋਂ ਬਾਅਦ ਬਈ 31 ਨੰਬਰ ਵਾਲਾ ਇੱਥੋਂ ਜਿਹੜਾ ਆਪਣੇ ਪ੍ਰੋਪਰਟੀ ਦਾ ਅਧਿਕਾਰ ਸੀ ਉਹਨੂੰ ਰਿਮੂਵ ਕਰ ਦਿੱਤਾ ਗਿਆ ਸੀ ਜੀ 1978 ਦੇ ਵਿੱਚ 44ਵਾਂ ਸੰਵਿਧਾਨ ਸੋਸ਼ੋਧਨ ਹੋਇਆ ਸੀ ਉਸ ਦੇ ਤਹਿਤ ਤੇ ਉਸ ਤੋਂ ਬਾਅਦ ਜਿਹੜਾ 32 ਹੈ ਉਹ ਗੱਲਾਂ ਕਰਦਾ ਹੈ ਜੀ ਸੰਵਿਧਾਨਿਕ ਉਪਚਾਰਾਂ ਦੀ ਤਾਂ ਇਹ ਕਾਫੀ ਲੰਬੀ ਚੌੜੀ ਲਿਸਟ ਹੈ ਤੁਸੀਂ ਕਿਸੇ ਵੀ ਬੁੱਕ ਦੇ ਵਿੱਚੋਂ ਜਦੋਂ ਰੀਡ ਕਰੋਗੇ ਤਾਂ ਆਰਾਮ ਨਾਲ ਤੁਹਾਨੂੰ ਸਮਝ ਆ ਜਾਏਗੀ ਬਸ ਥੋੜੀ ਜੀ ਧਿਆਨ ਨਾਲ ਸੁਣ ਲਿਓ ਤਾਂ ਇਹ ਜਿਹੜਾ ਕੁਐਸਚਨ ਬਣਦਾ ਹੈ ਬਈ ਇਸ ਦਾ ਸਹੀ ਜਵਾਬ ਕੀ ਸੀ অপਸ਼ਨ ਸੀ ਸੰਵਿਧਾਨ ਦੇ ਅਨੁਛੇਦ 12 ਤੋਂ ਲੈ ਕੇ 35 ਤੱਕ ਆਪਣੇ ਜਿਹੜੇ ਮੂਲ ਅਧਿਕਾਰ ਹੈ ਮੂਲਿਕ ਅਧਿਕਾਰ ਹੈ ਫੰਡਾਮੈਂਟਲ ਰਾਈਟ ਹੈ ਉਹਨਾਂ ਦੀ ਗੱਲ ਹੁੰਦੀ ਹੈ ਚਲਦੇ ਨੇ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 4 ਪੁੱਛਿਆ ਕਿ ਮੂਲ ਅਧਿਕਾਰਾਂ ਨੂੰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਸੰਵਿਧਾਨਿਕ ਮਾਨਤਾ ਪ੍ਰਦਾਨ ਕੀਤੀ ਸੀ ਕੁਐਸਚਨ ਮੁੜ ਤੋਂ ਸੁਣ ਲਓ ਮੂਲ ਅਧਿਕਾਰਾਂ ਨੂੰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਸੰਵਿਧਾਨਿਕ ਮਾਨਤਾ ਪ੍ਰਦਾਨ ਕੀਤੀ ਸੀ ਇਹ ਸਵਾਲ ਦਾ ਜਵਾਬ ਮੈਂ ਥਰੂ ਪਹਿਲਾਂ ਹੀ ਦੱਸਿਆ ਸੀ ਸਟਾਰਟਿੰਗ ਦੇ ਵਿੱਚ ਇਹ ਮਾਨਤਾ ਪ੍ਰਦਾਨ ਕੀਤੀ ਸੀ ਜੀ ਯੂ ਐਸ ਏ ਨੇ ਠੀਕ ਹੈ ਸੰਯੁਕਤ ਰਾਜ ਅਮਰੀਕਾ ਨੇ ਤਾਂ ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੈ ਕੁਸ਼ਨ ਨੰਬਰ 5 ਦੇ ਵਿੱਚ ਬਈ ਪੁੱਛਿਆ ਗਿਆ ਹੈ ਸੰਵਿਧਾਨ ਦੇ ਕਿਹੜੇ ਭਾਗ ਨੂੰ ਮੈਗਨਾ ਕਾਟਾ ਕਿਹਾ ਜਾਂਦਾ ਹੈ ਕੁਸ਼ਨ ਨੂੰ ਮਰ ਤੋਂ ਸੁਣ ਲਓ ਮੋਸਟ ਇੰਪੋਰਟੈਂਟ ਕੁਸ਼ਨ ਹੈ ਬਈ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈ ਪੁੱਛਿਆ ਗਿਆ ਹੈ ਸੰਵਿਧਾਨ ਦੇ ਕਿਹੜੇ ਭਾਗ ਨੂੰ ਮੈਗਨਾ ਕਾਟਾ ਕਿਹਾ ਜਾਂਦਾ ਹੈ ਤਾਂ ਕਿਹੜੇ ਭਾਗ ਨੂੰ ਕਿਹਾ ਜਾਂਦਾ ਬਈ ਭਾਗ 3 ਦੇ ਨੂੰ অপশন B এ سوال ਦਾ ਸਹੀ ਜਵਾਬ ਹੈ ਕਿਉਂਕਿ ਅਹ ਜਾਂਦਾ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਚੀਜ਼ ਫੰਡਾਮੈਂਟਲ ਰਾਈਟ ਲਿਖੇ ਹੋਏ ਹੈ ਠੀਕ ਹੈ ਆਪਣੇ ਮੂਲ ਅਧਿਕਾਰ ਜਿਹੜੇ ਹੈ ਭਾਗ 3 ਦੇ ਵਿੱਚ ਲਿਖੇ ਹੋਇਆ ਇਸ ਕਰਕੇ ਇਹਨੂੰ ਸੰਵਿਧਾਨ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਚਲਦੇ ਆ नेक्स्ट ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 6 ਪੁੱਛਿਆ ਗਿਆ ਹੈ ਭਾਰਤ ਦੇ ਮੂਲ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਸੀ ਟਾਈਪਿੰਗ ਦੇ ਵਿੱਚ ਮਾਰਟ ਜ ਮਿਸਟੇਕ ਹੋਈ ਹੈ ਧਿਆਨ ਨਾਲ ਸੁਣ ਲੋ ਭਾਰਤ ਦੇ ਮੂਲ ਸੰਵਿਧਾਨ ਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਸੀ ਤੁਸੀਂ ਦੱਸਣਾ ਹੈ ਠੀਕ ਹੈ ਸਭ ਤੋਂ ਤਾਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਕਿੰਨੇ ਮੌਲਿਕ ਅਧਿਕਾਰ ਆਪਣੇ ਕੋਲ ਹੈ ਤੇ ਉਸ ਤੋਂ ਬਾਅਦ ਤੁਸੀਂ ਦੱਸੋ ਇਸ ਸਵਾਲ ਦਾ ਜਵਾਬ ਤਾਂ ਆਪਣਾ ਵੀ ਜਿਹੜਾ ਮੂਲ ਸੰਵਿਧਾਨ ਸੀ ਸਟਾਰਟਿੰਗ ਦੇ ਵਿੱਚ ਜਿਹੜਾ ਲਿਖਿਆ ਗਿਆ ਸੀ ਉਸ ਨੇ ਆਪਾਂ ਨੂੰ 7 ਫੰਡਾਮੈਂਟਲ ਰਾਈਟ ਦਿੱਤੇ ਸੀ ਸੱਤ ਮੂਲ ਅਧਿਕਾਰ ਜਿਹੜੇ ਦਿੱਤੇ ਸੀ ਜਿਸ ਦੇ ਵਿੱਚ ਆਪਣਾ ਇੱਕ ਪ੍ਰੋਪਰਟੀ ਦਾ ਰਾਈਟ ਵੀ ਸੀ ਠੀਕ ਹੈ ਬਟ ਉਸ ਤੋਂ ਬਾਅਦ ਉਸ ਨੂੰ ਰਿਮੂਵ ਕਰ ਦਿੱਤਾ ਗਿਆ 1978 ਦੇ ਵਿੱਚ ਠੀਕ ਹੈ ਤੇ ਸੰਵਿਧਾਨ ਸੰਸ਼ੋਧਨ ਜਿਹੜਾ ਹੈ ਦੋਸਤੋ ਇਹ ਹੋਇਆ ਸੀ ਜੀ 44ਵਾਂ ਤੇ 44ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ ਇਹਨੂੰ ਰਿਮੂਵ ਕਰ ਦਿੱਤਾ ਗਿਆ ਸੀ ਇੱਕ ਇਸ਼ੂ ਬਣਿਆ ਸੀ ਜੀ ਅਤੇ ਉਸ ਦੇ ਤਹਿਤ ਇਹਨੂੰ ਰਿਮੂਵ ਕਰ ਦਿੱਤਾ ਗਿਆ ਇਸ਼ੂ ਕੀ ਸੀ ਉਹ ਕਦੇ ਥਿਉਰੀ ਕਲਾਸਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਫਿਲਹਾਲ ਆਪਾਂ ਅੱਗੇ ਚਲਦੇ ਆ नेक्स्ट ਕੁਐਸਚਨ ਦੇ ਵੱਲ ਤੇ ਕੁਐਸਚਨ ਨੰਬਰ ਹੈ ਜੀ 7 ਪੁੱਛਿਆ ਗਿਆ ਹੈ ਭਾਰਤ ਦੇ ਸੰਵਿਧਾਨ ਵਿੱਚ ਹੁਣ ਕਿੰਨੇ ਮੌਲਿਕ ਅਧਿਕਾਰ ਹੈ ਤਾਂ ਇਹ ਮੋਸਟ ਇੰਪੋਰਟੈਂਟ ਕੁਐਸਚਨ ਤੁਹਾਡੇ ਵਾਸਤੇ ਭਾਰਤ ਦੇ ਸੰਵਿਧਾਨ ਵਿੱਚ ਹੁਣ ਕਿੰਨੇ ਮੌਲਿਕ ਅਧਿਕਾਰ ਹੈ ਤੁਸੀਂ ਦੱਸਣਾ ਤੇ ਜਿਹੜਾ ਸਹੀ ਜਵਾਬ ਬਣਦਾ ਹੈ ਜੀ ਆਪਸ਼ਨਾਂ ਵਿੱਚੋਂ ਤੁਸੀਂ ਫਟਾਫਟ ਚੂਜ਼ ਕਰ ਲਓ ਜਿਹੜਾ ਪ੍ਰੋਪਰਟੀ ਦਾ ਰਾਈਟ ਸੀ ਉਹ ਤਾਂ ਹਟਾ ਦਿੱਤਾ ਗਿਆ ਤਾਂ ਹੁਣ ਕਿੰਨੇ ਰਹਿ ਗਏ 6 ਰਹਿ ਗਏ ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੈ ਤਾਂ ਹੁਣ ਆਪਣੇ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਹੈ ਉਹ ਹੈ ਜੀ 6 ਤੇ ਮੂਲ ਜਿਹੜਾ ਸੰਵਿਧਾਨ ਸੀ ਆਪਣਾ ਉਸ ਦੇ ਵਿੱਚ ਸੀ 7 ਸਵਾਲ ਨੰਬਰ ਆ ਗਿਆ ਜੀ 8 ਪੁੱਛਿਆ ਗਿਆ ਭਾਰਤ ਦੇ ਸੰਵਿਧਾਨ ਦੀ ਮੂਲ ਅਧਿਕਾਰ ਜਿਹੜਾ ਹੈ ਇਹ ਲਾਈਨ ਤੁਸੀਂ ਕੰਪਲੀਟ ਕਰਨਾ ਹੈ ਭਾਰਤ ਦੇ ਸੰਵਿਧਾਨ ਦੇ ਮੂਲ ਅਧਿਕਾਰ ਜਿਹੜੇ ਹੈ ਉਹ ਮੂਲ ਸੰਵਿਧਾਨ ਦਾ ਹਿੱਸਾ ਸੀ ਜਾਂ ਫਿਰ ਚੌਥੇ ਸੰਵਿਧਾਨ ਸੋਸ਼ੋਧਨ ਦੇ ਰਾਹੀਂ ਇਹਨਾਂ ਨੂੰ ਜੋੜਿਆ ਗਿਆ ਸੀ ਜਾਂ ਫਿਰ ਸੰਸਦ ਦੇ ਰਾਹੀਂ 1952 ਦੇ ਵਿੱਚ ਇਹਨਾਂ ਨੂੰ ਜੋੜਿਆ ਗਿਆ ਸੀ ਜਾਂ ਫਿਰ 42ਵੇਂ ਸੰਵਿਧਾਨ ਸੋਧ ਰਾਹੀਂ ਮੂਲ ਅਧਿਕਾਰ ਜਿਹੜੇ ਹੈ ਇਹ ਜੋੜੇ ਗਏ ਸੀ ਤੁਸੀਂ ਦੱਸਣਾ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀ ਗੱਲ ਸਹੀ ਹੈ ਇਹ ਜਿਹੜੀ ਲਾਈਨ ਅੱਧੀ ਪਈ ਹੈ ਤੁਸੀਂ ਇਹਨਾਂ ਨੂੰ ਪੂਰੀ ਕਰਨਾ ਹੈ ਕਿ ਭਾਰਤ ਦੇ ਸੰਵਿਧਾਨ ਦੇ ਮੂਲ ਅਧਿਕਾਰ ਜਿਹੜੇ ਹੈ ਮੂਲ ਸੰਵਿਧਾਨ ਦਾ ਹਿੱਸਾ ਸੀ ਜਾਂ ਫਿਰ ਚੌਥੇ ਸੰਵਿਧਾਨ ਸੋਧ ਦੇ ਰਾਹੀਂ ਜੋੜੇ ਗਏ ਸੀ ਜਾਂ ਫਿਰ ਸੰਸਦ ਦੇ ਰਾਹੀਂ 1952 ਦੇ ਵਿੱਚ ਜੋੜੇ ਗਏ ਸੀ ਜਾਂ ਫਿਰ 42ਵੇਂ ਸੰਵਿਧਾਨ ਸੋਧ ਦੇ ਰਾਹੀਂ ਜੋੜੇ ਗਏ ਸੀ ਕਿਹੜੀ ਗੱਲ ਇਹਨਾਂ ਦੇ ਵਿੱਚੋਂ ਸਹੀ ਹੈ ਤੁਸੀਂ ਦੱਸਣਾ ਤੇ ਜਿਹੜੀ ਸਹੀ ਗੱਲ ਬਣਦੀ ਹੈ ਉਹ ਹੈ ਜੀ ਮੂਲ ਸੰਵਿਧਾਨ ਦਾ ਹੀ ਹਿੱਸਾ ਸੀ ਆਪਣੇ ਜਿਹੜੇ ਮੂਲ ਅਧਿਕਾਰ ਹੈ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਹੈ ਉਹ ਆਪਣੇ ਮੂਲ ਸੰਵਿਧਾਨ ਦਾ ਹਿੱਸਾ ਹੈ ਇਹਨਾਂ ਨੂੰ ਬਾਅਦ ਵਿੱਚ ਨਹੀਂ ਜੋੜਿਆ ਗਿਆ ਤੇ ਬਈ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 9 ਪੁੱਛਿਆ ਗਿਆ ਮੂਲ ਅਧਿਕਾਰ ਨੂੰ ਲਾਗੂ ਕਰਾਉਣ ਦੇ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ ਕਵੈਸਚਨ ਮੁਰ ਤੋਂ ਸੁਣ ਲਓ ਮੂਲ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ ਤੁਸੀਂ ਦੱਸਣਾ ਹੈ ਆਪਸ਼ਨ ਤੁਹਾਡੇ ਸਾਹਮਣੇ ਅਲਗੇ ਹੋਏ ਤਾਂ ਜੇ ਸਹੀ ਜਵਾਬ ਪਤਾ ਹੈ ਬਈ ਫਟਾਫਟ ਕਮੈਂਟ ਕਰਕੇ ਦੱਸ ਦਿਓ ਨਹੀਂ ਤਾਂ ਸੁਣ ਲਓ ਧਿਆਨ ਨਾਲ ਉੱਚਤਮ ਨਿਆਲੇ ਤੇ ਹਾਈ ਕੋਰਟ ਦੋਵੇਂ ਜ਼ਿੰਮੇਵਾਰ ਹੁੰਦੇ ਆ ਜੀ ਆਪਣੇ ਫੰਡਾਮੈਂਟਲ ਰਾਈਟ ਨੂੰ ਲਾਗੂ ਕਰਾਉਣ ਦੇ ਵਾਸਤੇ ਠੀਕ ਹੈ ਤਾਂ ਇਹ ਸਵਾਲ ਦਾ ਜਿਹੜਾ ਸਹੀ ਜਵਾਬ ਬਣਦਾ ਜੀ ਆਪਸ਼ਨ ਸੀ ਬਣਦਾ ਹੈ ਚਲਦੇ ਆ ਨੈਕਸਟ ਕਵੈਸਚਨ ਦੇ ਵੱਲ ਕਵੈਸਚਨ ਨੰਬਰ ਹੈ ਜੀ 10 ਪੁੱਛੇਗਾ ਜੀ ਬੁਨਿਆਦੀ ਅਧਿਕਾਰ ਕੌਣ ਮੁਅਤਲ ਕਰ ਸਕਦਾ ਹੈ ਜਾਨੀ ਆਪਣੇ ਜਿਹੜੇ ਮੂਲ ਅਧਿਕਾਰ ਹੈ ਲੋਡ ਪੈਣ ਦੇ ਉੱਤੇ ਇਹਨਾਂ ਤੇ ਰੋਕ ਜਿਹੜਾ ਹੈ ਕੌਣ ਲਾ ਸਕਦਾ ਹੈ ਥੋੜੇ ਟਾਈਮ ਜਿਵੇਂ ਕਿ ਅਮਰਜੈਂਸੀ ਕੋਈ ਆ ਗਈ ਤਾਂ ਇਹਨਾਂ ਦੇ ਉੱਤੇ ਜਦੋਂ ਰੋਕ ਲਾਣੀ ਹੁੰਦੀ ਹੈ ਇਹਨਾਂ ਨੂੰ ਮੁਅਤਲ ਕਰਨਾ ਹੁੰਦਾ ਹੈ ਤਾਂ ਤੁਸੀਂ ਦੱਸਣਾ ਹੈ ਕੌਣ ਕਰ ਸਕਦਾ ਹੈ ਸੰਸਦ ਕਰ ਸਕਦੀ ਹੈ ਜਾਂ ਰਾਸ਼ਟਰਪਤੀ ਕਰ ਸਕਦੇ ਹੈ ਜਾਂ ਪ੍ਰਧਾਨ ਮੰਤਰੀ ਕਰ ਸਕਦੇ ਹੈ ਜਾਂ ਹਾਈ ਕੋਰਟ ਕਰ ਸਕਦਾ ਹੈ ਜੇ ਸਹੀ ਜਵਾਬ ਪਤਾ ਹੈ ਵੀ ਕਮੈਂਟ ਕਰਕੇ ਫਟਾਫਟ ਦੱਸ ਦਿਓ ਤਾਂ ਸਹੀ ਜਵਾਬ ਬਣਦਾ ਹੈ ਜੀ ਆਪਸ਼ਨ B ਰਾਸ਼ਟਰਪਤੀ ਜੇ ਲੋਡ ਪੈਂਦੀ ਹੈ ਤੋ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਹੈ ਕੁਝ ਟਾਈਮ ਵਾਸਤੇ ਰਾਸ਼ਟਰਪਤੀ ਜਿਹੜੇ ਹੈ ਬੈਨ ਕਰ ਸਕਦਾ ਹੈ ਇੱਕ ਅਦੇ ਰਾਈਟ ਨੂੰ ਛੱਡ ਕੇ ਠੀਕ ਹੈ ਕੁਐਸਚਨ ਨੰਬਰ 13 ਦੇ ਵਿੱਚ ਪੁੱਛਿਆ ਗਿਆ ਜੀ ਭਾਰਤੀ ਸੰਵਿਧਾਨ ਦੇ ਅਧੀਨ ਬੁਨਿਆਦੀ ਅਧਿਕਾਰਾਂ ਦਾ ਸਰਪ੍ਰਸਤ ਕੌਣ ਹੈ ਕੁਐਸਚਨ ਨੰਬਰ ਤੋਂ ਸੁਣ ਲਓ ਭਾਰਤੀ ਸੰਵਿਧਾਨ ਦੇ ਅਧੀਨ ਬੁਨਿਆਦੀ ਅਧਿਕਾਰਾਂ ਦਾ ਸਰਪ੍ਰਸਤ ਯਾਨੀ ਕਿ ਸੁਰੱਖਿਸ਼ਕ ਕੌਣ ਹੈ ਤੁਸੀਂ ਦੱਸਣਾ ਹੈ ਤੇ ਬੁਨਿਆਦੀ ਅਧਿਕਾਰ ਇਹੀ ਹੁੰਦੇ ਜੀ ਆਪਣੇ ਫੰਡਾਮੈਂਟਲ ਰਾਈਟ ਜਿਨ੍ਹਾਂ ਨੂੰ ਆਪਾਂ ਮੂਲ ਅਧਿਕਾਰ ਕਹਿੰਦੇ ਆ ਠੀਕ ਹੈ ਤਾਂ ਤੁਸੀਂ ਕੁੱਲ ਮਿਲਾ ਕੇ ਇਹ ਦੱਸਣਾ ਹੈ ਕਿ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਹੈ ਇਹਨਾਂ ਦੀ ਸੁਰੱਖਿਆ ਕੌਣ ਕਰਦਾ ਹੈ ਕੌਣ ਆਪਣੇ ਫੰਡਾਮੈਂਟਲ ਰਾਈਟ ਦੀ ਰਾਖੀ ਕਰਦਾ ਹੈ ਤੁਸੀਂ ਦੱਸਣਾ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਤੇ ਸਹੀ ਜਵਾਬ ਹੈ ਜੀ ਨਿਆਂਪਾਲਿਕਾ ਆਪਣੇ ਜਿਹੜੇ ਮੂਲ ਅਧਿਕਾਰ ਹੈ ਫੰਡਾਮੈਂਟਲ ਰਾਈਟ ਹੈ ਉਹਨਾਂ ਦੀ ਰੱਖਿਆ ਕਰਦਾ ਹੈ ਜੀ ਨਿਆਂਪਾਲਿਕਾ ਜੇ ਨਿਆਂਪਾਲਿਕਾ ਨਾ ਹੁੰਦੀ ਦੋਸਤੋ ਤਾਂ ਫੰਡਾਮੈਂਟਲ ਰਾਈਟ ਨੂੰ ਕੋਈ ਨਹੀਂ ਪੁੱਛਦਾ ਕੋਈ ਵੀ ਪਾਵਰਫੁਲ ਸਰਕਾਰ ਜਾਂ ਬੰਦੇ ਹੁੰਦੇ ਤਾਂ ਈਜ਼ੀ ਇਹ ਆਪਣੇ ਫੰਡਾਮੈਂਟਲ ਰਾਈਟ ਨੂੰ ਕੁਚਲ ਕੇ ਰੱਖ ਦਿੰਦੇ ਬਟ ਨਿਆਂਪਾਲਿਕਾ ਜਿਹੜੀ ਦੋਸਤੋ ਇਹ ਆਪਣੇ ਫੰਡਾਮੈਂਟਲ ਰਾਈਟ ਦੀ ਰਾਖੀ ਕਰਦੀ ਹੈ ਠੀਕ ਹੈ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 14 ਪੁੱਛਿਆ ਗਿਆ ਰਿਟ ਪਟੀਸ਼ਨ ਦਾ ਅਰਥ ਕੀ ਹੈ ਇਹ ਕੁਐਸਚਨ ਤੁਸੀਂ ਇਦਾਂ ਹੀ ਯਾਦ ਕਰ ਲੈਣਾ ਰਿਟ ਪਟੀਸ਼ਨ ਦਾ ਅਰਥ ਹੁੰਦਾ ਜੀ ਅਸੀਂ ਆਦੇਸ਼ ਦਿੰਦੇ ਹਾਂ ਠੀਕ ਹੈ ਇਹ ਕੁਐਸਚਨ ਕਈ ਅਲੱਗ-ਅਲੱਗ ਟਰਮ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਇਹਨੂੰ ਯਾਦ ਕਰ ਲੈਣਾ ਜੀ ਰਿਟ ਪਟੀਸ਼ਨ ਦਾ ਅਰਥ ਹੁੰਦਾ ਹੈ ਅਸੀਂ ਆਦੇਸ਼ ਦਿੰਦੇ ਹਾਂ ਬਾਕੀ ਜੇ ਤੁਸੀਂ ਪੋਲਿਟੀ 'ਚ ਇੰਟਰਸਟ ਰੱਖਦੇ ਹੋ ਤਾਂ ਮਾੜੀ-ਮੋਟੀ ਅੰਗਰੇਜ਼ੀ ਜਾਂ ਹਿੰਦੀ ਵਾਲੀ ਬੁੱਕ ਪੜ੍ਹ ਲਿਓ ਉਸ ਦੇ ਵਿੱਚ ਤੁਹਾਨੂੰ ਈਜ਼ੀਲੀ ਸਮਝ ਲੱਗ ਜਾਏਗਾ ਚਲਦੇ ਨੈਕਸਟ ਕੁਐਸਚਨ ਦੇ ਵੱਲ ਕੁਐਸਚ ਕੀ ਹੈ ਕੁਐਸਚਨ ਨੰਬਰ ਤੋਂ ਸੁਣ ਲਓ ਮੂਲ ਅਧਿਕਾਰ ਜਿਹੜੇ ਹੁੰਦੇ ਆ ਉਹਨਾਂ ਦਾ ਮੁੱਖ ਟੀਚਾ ਕੀ ਹੈ ਤੁਸੀਂ ਦੱਸਣਾ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਤੇ ਇਸ ਦਾ ਸਹੀ ਜਵਾਬ ਇਹੀ ਹੈ ਜੀ অপਸ਼ਨ B ਨਿੱਜੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਇਹ ਜਿਹੜੇ ਮੂਲ ਅਧਿਕਾਰ ਹੈ ਇਹ ਆਪਾਂ ਨੂੰ ਆਜ਼ਾਦੀ ਦਿੰਦੇ ਆ ਦੇਸ਼ ਦੀ ਭਾਈ ਜਿੰਨੀ ਵੀ ਜਨਸੰਖਿਆ ਹੈ ਹਰੇਕ ਬੰਦੇ ਨੂੰ ਇਕੁਅਲ ਆਜ਼ਾਦੀ ਮੂਲ ਅਧਿਕਾਰਾਂ ਨੇ ਦਿੱਤੀ ਹੋਈ ਹੈ ਕੋਈ ਬੰਦਾ ਛੋਟਾ ਨਹੀਂ ਹੈ ਕੋਈ ਬੰਦਾ ਵੱਡਾ ਨਹੀਂ ਹੈ ਸਾਰਿਆਂ ਕੋਲੇ ਇਕੁਅਲ ਅਧਿਕਾਰ ਹੈ ਇਕਵਲ ਫੰਡਾਮੈਂਟਲ ਰਾਈਟ ਹੈ ਤਾਂ ਹਰ ਇੱਕ ਬੰਦੇ ਨੂੰ ਆਜ਼ਾਦੀ ਮਿਲੀ ਹੋਈ ਹੈ ਕਿਸ ਦੇ ਤਹਿਤ ਮੂਲ ਅਧਿਕਾਰਾਂ ਦੇ ਤਹਿਤ ਤਾਂ ਮੂਲ ਅਧਿਕਾਰਾਂ ਦਾ ਇੱਕੋ ਹੀ ਟੀਚਾ ਹੈ ਕਿ ਨਿਜੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਆਪਸ਼ਨ ਬੀ ਹੈ ਸਵਾਲ ਦਾ ਸਹੀ ਜਵਾਬ ਹੈ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 16 ਪੁੱਛਿਆ ਗਿਆ ਜੀ ਸਮਾਨਤਾ ਦਾ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਪੰਜ ਲੇਖਾਂ ਜਾਨਕੀ ਆਰਟੀਕਲ ਵਿੱਚ ਦਿੱਤਾ ਗਿਆ ਹੈ ਤਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਦੱਸਿਆ ਸੀ ਸਮਾਨਤਾ ਦਾ ਜਿਹੜਾ ਅਧਿਕਾਰ ਹੈ ਪਹਿਲਾਂ ਤਾਂ ਤੁਸੀਂ ਦੱਸਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਮੜਾ ਮਟਾ ਪੱਲੇ ਪਿਆ ਨਹੀਂ ਪਿਆ ਤਾਂ ਕੋਈ ਗੱਲ ਨਹੀਂ ਧਿਆਨ ਨਾਲ ਸੁਣ ਲਓ ਸਮਾਨਤਾ ਦਾ ਜਿਹੜਾ ਅਧਿਕਾਰ ਹੈ ਦੋਸਤੋ ਇਸ ਦੀ ਗੱਲ ਹੁੰਦੀ ਹੈ ਜੀ 14 ਤੋਂ 18 ਆਰਟੀਕਲ ਦੇ ਵਿੱਚ ਠੀਕ ਹੈ ਆਰਟੀਕਲ 14 ਤੋਂ ਲੈ ਕੇ 18 ਦੇ ਵਿੱਚ ਗੱਲ ਹੁੰਦੀ ਹੈ ਜੀ ਸਮਾਨਤਾ ਦੀ ਠੀਕ ਹੈ ਤਾਂ ਇਸ ਸਵਾਲ ਦਾ ਸਹੀ ਜਵਾਬ ਹੁੰਦਾ ਹੈ ਜੀ অপਸ਼ਨ ਬੀ अगे चलते नैक्सट क्वेश्चन क्वेश्चन नंबर है जी सतारा पूछा गया भारतीय संविधान का कि लेख छूत छात को खत्म करने संबंधित है वेरी वेरी इंपोर्टेंट क्वेश्चन बी थ्री स्टार ला के नोट कर लोश्चन थो एग्जाम जरूर देखने को मिलेगा भारतीय संविधान का कि लेख छूत छात को खत्म करने संबंधित है कि बी ए जी सतारा आर्टिकल सतारा जोड़ा है ये छूत छात को खत्म करने वास्ते है तो ऑप्शन सी है सवाल का सही जवाब है ਕਵੈਸਚਨ ਨੰਬਰ 18 ਪੁੱਛਿਆ ਗਿਆ ਇਸ ਸਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਭਾਰਤ ਸਰਕਾਰ ਦੇ ਰਾਹੀਂ ਭਾਰਤ ਰਤਨ ਪਦਮ ਵਿਭੂਸ਼ਣ ਇਸ ਤੋਂ ਇਲਾਵਾ ਬਈ ਪ੍ਰਮੇਰ ਚੱਕਰ ਮਹਾਵੀਰ ਚੱਕਰ ਵੀਰ ਚੱਕਰ ਤੇ ਪਦਮ ਸ਼੍ਰੀ ਜਿੰਨੇ ਵੀ ਅਵਾਰਡ ਹੈ ਵੱਡੇ ਕਿਸ ਅਨੁਛੇਦ ਦੇ ਤਹਿਤ ਦਿੱਤੇ ਜਾਂਦੇ ਤੁਸੀਂ ਦੱਸਣਾ ਹੈ অপਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ ਜਿੰਨੇ ਵੀ ਤੁਸੀਂ ਪੁਲਿਸ ਵਾਲੇ ਜਵਾਨ ਹੋ ਜਿਹੜੇ ਪੁਲਿਸ ਦੀ ਤਿਆਰੀ ਕਰ ਰਹੇ ਹੋ ਇਸ ਸਵਾਲ ਦਾ ਜਵਾਬ ਲਿਖਣ ਦੀ ਕੋਸ਼ਿਸ਼ ਕਰੋ ਤੇ ਸਹੀ ਜਵਾਬ ਹੁੰਦਾ ਹੈ ਜੀ ਆਰਟੀਕਲ 18 অপਸ਼ਨ ਡੀ ਐ ਸਵਾਲ ਦਾ ਸਹੀ ਜਵਾਬ ਹੈ ਸੰਵਿਧਾਨ ਦੇ ਅਨੁਛੇਦ 18 ਦੇ ਤਹਿਤ ਭਾਰਤ ਰਤਨ ਦਿੱਤਾ ਜਾਂਦਾ ਹੈ ਠੀਕ ਹੈ ਪਦਮ ਵਿਭੂਸ਼ਣ ਦਿੱਤਾ ਜਾਂਦਾ ਹੈ ਪਦਮ ਭੂਸ਼ਣ ਦਿੱਤਾ ਜਾਂਦਾ ਹੈ ਪਦਮ ਸ਼੍ਰੀ ਤੇ ਇਹਨਾਂ ਦੇ ਜਿਹੜੇ ਅਵਾਰਡ ਹੁੰਦੇ ਆ ਪਰਮਵੀਰ ਚੱਕਰ ਮਹਾਵੀਰ ਚੱਕਰ ਵੀਰ ਚੱਕਰ ਇਹ ਸਾਰੇ ਦੇ ਸਾਰੇ ਜਿਹੜੇ ਪ੍ਰਾਈਜ਼ ਹੈ ਆਰਟੀਕਲ 18 ਦੇ ਤਹਿਤ ਦਿੱਤੇ ਜਾਂਦੇ ਆ ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਪਾਂ ਚੱਲਦੇ ਆ नेक्स्ट ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 19 ਪੁੱਛਿਆ ਗਿਆ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧਿਤ ਹੈ ਕੁਐਸਚਨ ਨੰਬਰ ਤੋਂ ਸੁਣ ਲਓ ਭਾਰਤ ਸਵਿਧਾਨ ਦਾ ਕਿਹੜਾ ਅਨੁਛੇਦ ਪ੍ਰੈਸ ਦੀ ਆਜ਼ਾਦੀ ਦੇ ਨਾਲ ਸੰਬੰਧਿਤ ਹੈ ਤੁਸੀਂ ਦੱਸਣਾ ਹੈ ਪ੍ਰੈਸ ਕਿਹੜਾ ਬਈ ਅਖਬਾਰ ਖੁਰਛਾਪਣ ਵਾਲੇ ਨਿਊਜ਼ ਵਗੈਰਾ ਛਾਪਣ ਵਾਲੇ ਜਿਹੜੇ ਹੁੰਦੇ ਆ ਉਹਨਾਂ ਦੀ ਗੱਲ ਹੋ ਰਹੀ ਹੈ ਠੀਕ ਹੈ ਤਾਂ ਇਹ ਸਵਾਲ ਦਾ ਜਿਹੜਾ ਸਹੀ ਜਵਾਬ ਬਣਦਾ ਹੈ ਉਹ ਹੈ ਜੀ ਆਰਟੀਕਲ 19 অপਸ਼ਨ এ ਸਵਾਲ ਦਾ ਸਹੀ ਜਵਾਬ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹ ਜਿਹਦਾ ਭਾਈ ਸਾਰੇ ਕਲਾਸ ਦੇ ਵਿੱਚ ਜਿਹੜੇ ਕੁਐਸਚਨ ਤੁਸੀਂ ਦੇਖ ਰਹੇ ਹੋ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਆ ਠੀਕ ਹੈ ਤਾਂ ਸਾਰੇ ਇੰਪੋਰਟੈਂਟ ਹੈ ਬਟ ਕੁਝ ਜਿਹੜੇ ਵੈਰੀ ਵੈਰੀ ਇੰਪੋਰਟੈਂਟ ਹੈ ਤਾਂ ਇਹ ਵੈਰੀ ਵੈਰੀ ਇੰਪੋਰਟੈਂਟ ਦੇ ਵਿੱਚੋਂ ਹੀ ਇੱਕ ਹੈ ਜੀ ਪ੍ਰੈਸ ਵਾਲਾ ਤਾਂ ਆਰਟੀਕਲ 19 ਦੇ ਵਿੱਚ ਪ੍ਰੈਸ ਦੀ ਆਜ਼ਾਦੀ ਆਪਾਂ ਨੂੰ ਮਿਲੀ ਹੋਈ ਹੈ ਚਲਦੇ ਨੇ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 20 ਪੁੱਛਿਆ ਗਿਆ ਜੀ ਸਵਤੰਤਰਤਾ ਦਾ ਅਧਿਕਾਰ ਜਿਹੜਾ ਹੈ ਭਾਰਤੀ ਸੰਵਿਧਾਨ ਦੇ ਕਿਹੜੇ ਲੇਖਾਂ ਦੇ ਵਿੱਚ ਦਿੱਤਾ ਗਿਆ ਹੈ ਜੈਨਕੀ ਆਪਾਂ ਨੂੰ ਜਿਹੜੀ ਆਜ਼ਾਦੀ ਦਾ ਅਧਿਕਾਰ ਹੈ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਤਹਿਤ ਆਪਾਂ ਨੂੰ ਵੰਡਿਆ ਗਿਆ ਤੁਸੀਂ ਦੱਸਣਾ ਹੈ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਤਾਂ ਸਭ ਤੋਂ ਪਹਿਲਾਂ ਦੋਸਤੋ ਆਪਸ਼ਨ ਬੀ ਤਾਂ ਇਲੀਮੀਨੇਟ ਹੋ ਜਾਣਾ ਕਿਉਂਕਿ ਇਸ ਦੇ ਤਹਿਤ ਤਾਂ ਆਪਾਂ ਨੂੰ ਸਮਾਨਤਾ ਦਾ ਜਿਹੜੀ ਵੰਡ ਹੈ ਉਹ ਕੀਤੀ ਗਈ ਹੈ ਠੀਕ ਹੈ ਇਸ ਤੋਂ ਬਾਅਦ ਸਮਾਨਤਾ ਤੋਂ ਬਾਅਦ ਆ ਜਾਂਦੀ ਹੈ ਜੀ ਸਵਤੰਤਰਤਾ ਯਾਨੀ ਕਿ ਸਟਾਰਟ ਤਾਂ 19 ਤੋਂ ਹੋਏਗੀ ਤੇ 19 ਵਾਲਾ ਇੱਕੋ ਹੀ ਆਪਸ਼ਨ ਹੈ ਜੀ ਸੀ ਤਾਂ ਆਰਟੀਕਲ 19 ਤੋਂ ਲੈ ਕੇ 22 ਤੱਕ ਜਿਹੜੀ ਗੱਲ ਹੁੰਦੀ ਹੈ ਦੋਸਤੋ ਇਹ ਹੁੰਦੀ ਹੈ ਜੀ ਆਜ਼ਾਦੀ ਦੀ ਯਾਨੀ ਕਿ ਸਵਤੰਤਰਤਾ ਦੀ ਆਪਸ਼ਨ ਸੀ ਇਸ ਸਵਾਲ ਦਾ ਸਹੀ ਜਵਾਬ ਹੈ ਚਲਦੇ ਆ ਨੈਕਸਟ ਕੁਸ਼ਚਨ ਦੇ ਵੱਲ ਕੁਸ਼ਚਨ ਨੰਬਰ ਹੈ ਜੀ 21 ਪੁੱਛਿਆ ਗਿਆ ਜੀ ਕੋਈ ਵੀ ਵਿਅਕਤੀ ਫੈਕਟਰੀਆਂ ਜਾਂ ਖਾਣਾ ਦੇ ਵਿੱਚ ਨਿਯੁਕਤ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਉਹ ਘਟੋ-ਘਟ ਨਾ ਹੋਈ ਅੱਗੇ ਤੁਸੀਂ ਉਮਰ ਦੱਸਣਾ ਹੈ ਕਿ ਘੱਟੋ ਘੱਟ ਜੇ 19 ਉਮਰ ਦਾ ਨਾ ਹੋਏ ਤਾਂ ਉਹ ਫੈਕਟਰੀਆਂ ਵਿੱਚ ਕੰਮ ਨਹੀਂ ਕਰ ਸਕਦਾ ਕਿਹੜੀ ਉਮਰ ਦੀ ਗੱਲ ਹੋ ਰਹੀ ਹੈ ਵੀ ਤੁਸੀਂ ਕਮੈਂਟ ਕਰਕੇ ਦੱਸੋ ਤਾਂ ਸਹੀ ਜਵਾਬ ਹੈ ਜੀ অপਸ਼ਨ B 14 ਸਾਲਾਂ ਦੀ ਜਦੋਂ ਤੱਕ ਕਿਸੇ ਬੰਦੇ ਦੀ ਉਮਰ 14 ਸਾਲ ਤੱਕ ਨਾ ਹੋਏ ਉਹ ਕਿਸੇ ਵੀ ਫੈਕਟਰੀ ਜਾਂ ਖਾਨ ਦੇ ਵਿੱਚ ਕੰਮ ਨਹੀਂ ਕਰ ਸਕਦਾ ਠੀਕ ਹੈ ਤਾਂ অপਸ਼ਨ B ਇਹ ਸਵਾਲ ਦਾ ਸਹੀ ਜਵਾਬ ਹੈ ਅੱਪਰ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਤੇ ਕੁਐਸਚਨ ਨੰਬਰ ਹੈ ਜੀ 22 ਪੁੱਛਿਆ ਗਿਆ ਜੀ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਰਾਹੀਂ ਸਿੱਖਾਂ ਦਾ ਕਿਰਪਾਨ ਧਾਰਨ ਕਰਨਾ ਧਾਰਮਿਕ ਆਜ਼ਾਦੀ ਦਾ ਹਿੱਸਾ ਮੰਨਿਆ ਜਾਂਦਾ ਹੈ ਪੰਜਾਬ ਦੇ ਵਾਸਤੇ ਬਾਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਧਿਆਨ ਨਾਲ ਸੁਣ ਲਓ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਰਾਹੀਂ ਸਿੱਖਾਂ ਦਾ ਕਿਰਪਾਨ ਧਾਰਨ ਕਰਨਾ ਧਾਰਮਿਕ ਆਜ਼ਾਦੀ ਦਾ ਹਿੱਸਾ ਮੰਨਿਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਬਾਈ ਫਟਾਫਟ ਕਮੈਂਟ ਕਰਕੇ ਦੱਸ ਦਿਓ ਸਹੀ ਜਵਾਬ ਕੀ ਬਣਦਾ ਹੈ ਦਾ ਸਹੀ ਜਵਾਬ ਜਿਹੜਾ ਬਣਦਾ ਹੈ ਦੋਸਤੋ ਇਹ ਬਣਦਾ ਜੀ ਆਰਟੀਕਲ 25 ਆਪਸ਼ਨ ਬੀ ਜਿਹੜਾ ਹੈ ਦੋਸਤੋ ਇਹ ਸਵਾਲ ਦਾ ਸਹੀ ਜਵਾਬ ਹੈ ਠੀਕ ਹੈ ਚਲਦੇ ਆ नेक्स्ट ਕੁਸ਼ਚਨ ਦੇ ਵੱਲ ਤੇ ਕੁਸ਼ਚਨ ਨੰਬਰ 23 ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਹੈ ਪੁੱਛਿਆ ਗਿਆ ਜੀ ਕਿਹੜੇ ਆਰਟੀਕਲ ਦੁਆਰਾ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੱਤਾ ਜਾਂਦਾ ਹੈ ਤਾਂ ਥੋੜੀ ਜਿਹੀ بس ਕੁਸ਼ਚਨ ਦੀ ਲੈਂਗੁਏਜ ਚੇਂਜ ਹੋਈ ਹੈ ਜੇ ਤੁਸੀਂ ਮਾੜਾ ਜਿਹਾ ਵੀ ਦਿਮਾਗ ਲਾਉਂਗੇ ਤਾਂ ਇਸ ਸਵਾਲ ਦਾ ਜਵਾਬ इजीली ਦੇ ਸਕਦੇ ਹੋ ਤੇ ਅਸੀਂ ਉਮੀਦ ਵੀ ਕਰਾਂਗੇ ਜਿਹੜੇ ਕੈਂਡੀਡੇਟ ਇੱਥੇ ਦਿਮਾਗ ਲਾ ਕੇ ਪੜ ਰਹੇ ਹੈ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਚਲੋ ਭਈ ਸਾਰੇ ਜਵਾਨੇ ਸਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿਹੜਾ ਜਵਾਬ ਹੋਏਗਾ ਜੀ অপਸ਼ਨ ਬੀ ਕਿਸ ਲੇਖਦਾਰਾ ਧਾਰਮਿਕ ਆਜ਼ਾਦੀ ਅਦਾ ਅਧਿਕਾਰ ਜਿਹੜਾ ਹੈ ਉਹ ਦਿੱਤਾ ਗਿਆ ਹੈ ਉਹ ਦਿੱਤਾ ਗਿਆ ਜੀ ਆਰਟੀਕਲ 25 ਕਿਰਪਾਨ ਧਾਰਨ ਜਿਹੜੀ ਕੀਤੀ ਜਾਂਦੀ ਹੈ ਉਹ ਵੀ ਇੱਕ ਧਾਰਮਿਕ ਹਿੱਸਾ ਹੈ ਠੀਕ ਹੈ ਤਾਂ ਉਹ ਵੀ ਦੋਸਤੋ ਇੱਕ ਧਾਰਮਿਕ ਆਜ਼ਾਦੀ ਦਾ ਹਿੱਸਾ ਹੈ ਤਾਂ ਇੱਥੇ ਆਰਟੀਕਲ 25 ਜਿਹੜਾ ਹੈ ਇਹ ਹੀ ਗੱਲ ਕਰਦਾ ਹੈ ਧਾਰਮਿਕ ਸੁਤੰਤਰਤਾ ਦੀ ਤਾਂ অপਸ਼ਨ ਬੀ ਹੈ ਸਵਾਲ ਦਾ ਸਹੀ ਜਵਾਬ ਹੈ ਤਾਂ ਚਲਦੇ ਆਪਾਂ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 24 ਤੁਹਾਡੀ ਸਕਰੀਨ ਤੇ ਲੱਗਿਆ ਹੋਇਆ ਪੁੱਛਿਆ ਗਿਆ ਜੀ ਭਾਰਤੀ ਸੰਵਿਧਾਨ ਦਾ ਕਿਹੜਾ ਲੇਖ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਦਿੰਦਾ ਹੈ ਇਹਨੂੰ ਤਾਂ ਪਾਣੀ ਤੁਸੀਂ ਦੋਸਤੋ ਚਾਰ ਸਟਾਰ ਲਾ ਕੇ ਨੋਟ ਕਰ ਲਓ ਇੰਨਾ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਪੁੱਛਿਆ ਗਿਆ ਜੀ ਭਾਰਤੀ ਸੰਵਿਧਾਨ ਦਾ ਕਿਹੜਾ ਲੇਖ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਦਿੰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਲੱਗੇ ਹੋਏ ਹੈ ਤੇ ਜਿਹੜਾ ਸਹੀ ਜਵਾਬ ਹੁੰਦਾ ਜੀ ਉਹ ਬਣਦਾ ਹੈ ਆਪਸ਼ਨ ਡੀ ਆਰਟੀਕਲ 32 ਤੇ ਅੰਬੇਦਕਰ ਨੇ ਬਈ ਇਹਨੂੰ ਜਿਹੜਾ ਹੈ ਸੰਵਿਧਾਨ ਦੀ ਆਤਮਾ ਕਿਹਾ ਹੈ ਤਾਂ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਸ ਲੈਂਗੁਏਜ ਚੇਂਜ ਕਰਕੇ ਕੁਐਸਚਨ ਕਿੱਦਾਂ ਵੀ ਪੁੱਟ ਕਰ ਸਕਦਾ ਇਦਾਂ ਵੀ ਪੁੱਛ ਸਕਦਾ ਹੈ ਕਿ ਜਿਹੜੀ ਅਸੰਵਿਧਾਨ ਦੀ ਆਤਮਾ ਉਹ ਕਿਹਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਏਗਾ ਫੇਰ ਬਈ ਸੰਵਿਧਾਨ ਦਾ ਜਿਹੜਾ ਹੈ ਉਪਚਾਰਾਂ ਦਾ ਅਧਿਕਾਰ ਠੀਕ ਹੈ ਸਵਧਾਨਿਕ ਉਪਚਾਰਾਂ ਦਾ ਅਧਿਕਾਰ ਜਿਹੜਾ ਹੁੰਦਾ ਹੈ ਇਹਨੂੰ ਹੀ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ ਤੇ ਜਿਹੜਾ ਆਰਟੀਕਲ ਹੈ ਬਈ ਇਹ ਹੈ ਜੀ 32ਵਾਂ ਤਾਂ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਇਸ ਸਵਾਲ ਦਾ ਸਹੀ ਜਵਾਬ ਆ ਤਾਂ ਸਵਾਲ ਨੰਬਰ 25 ਦੇ ਵਿੱਚ ਬਈ ਪੁੱਛਿਆ ਗਿਆ ਹੈ ਡਾਕਟਰ ਭੀਮਰਾਵ ਅੰਬੇਡਕਰ ਨੇ ਕਿਹੜੇ ਬੁਨਿਆਦੀ ਅਧਿਕਾਰਾਂ ਨੂੰ ਸੰਵਿਧਾਨ ਦੀ ਆਤਮਾ ਕਿਹਾ ਹੈ ਕੁਐਸਚਨ ਨੰਬਰ ਤਾਂ ਸੁਣ ਲਓ ਡਾਕਟਰ ਭੀਮਰਾਵ ਅੰਬੇਡਕਰ ਨੇ ਕਿਹੜੇ ਬੁਨਿਆਦੀ ਅਧਿਕਾਰਾਂ ਨੂੰ ਸੰਵਿਧਾਨ ਦੀ ਆਤਮਾ ਕਿਹਾ ਹੈ ਬੁਨਿਆਦੀ ਅਧਿਕਾਰ ਮਤਲਬ ਹੋ ਗਿਆ ਬਈ ਆਪਣੇ ਫੰਡਾਮੈਂਟਲ ਰਾਈਟ ਮੂਲ ਅਧਿਕਾਰ ਠੀਕ ਹੈ ਤਾਂ ਤੁਸੀਂ बस ਇੰਨੀ ਇੱਕ ਗੱਲ ਦੱਸਣੀ ਹੈ ਕਿ ਜਿਹੜੇ ਅੰਬੇਡਕਰ ਹੈ ਇਹਨਾਂ ਨੇ ਕਿਹੜੇ ਮੂਲ ਅਧਿਕਾਰ ਨੂੰ ਸੰਵਿਧਾਨ ਦੀ ਆਤਮਾ ਕਿਹਾ ਹੈ ਤਾਂ ਕਿਹੜਾ ਸੀ ਬਈ ਏ ਸੀ ਜੀ ਆਪਸ਼ਨ ਸੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਤਾਂ ਇਹ ਬਹੁਤ ਹੀ ਜ਼ਿਆਦਾ ਬਈ ਇੰਪੋਰਟੈਂਟ ਹੈ ਤੁਸੀਂ ਇਹਨੂੰ ਜ਼ਰੂਰ ਯਾਦ ਰੱਖਣਾ ਹੈ ਕਵੈਸਚਨ ਨੰਬਰ 26 ਦੇ ਵਿੱਚ ਪੁੱਛਿਆ ਗਿਆ ਜੀ ਪ੍ਰਾਪਰਟੀ ਦਾ ਹੱਕ ਹੈ ਕੀ ਇਹ ਮੌਲਿਕ ਅਧਿਕਾਰ ਹੈ ਜਾਂ ਫਿਰ ਵਿਧਾਨਿਕ ਅਧਿਕਾਰ ਹੈ ਜਾਂ ਫਿਰ ਕਾਨੂੰਨੀ ਅਧਿਕਾਰ ਹੈ ਜਾਂ ਫਿਰ ਇਨਾਂ ਵਿੱਚੋਂ ਕੋਈ ਨਹੀਂ ਤਾਂ फटाफट ਤੁਸੀਂ ਦੱਸਣਾ ਹੈ ਕਿ ਪ੍ਰਾਪਰਟੀ ਦਾ ਜਿਹੜਾ ਰਾਈਟ ਹੈ ਇਹ ਕੀ ਹੈ ਤਾਂ ਦੋਸਤੋ ਪਹਿਲਾਂ ਤਾਂ ਇਹ ਸੀ ਆਪਣਾ ਮੂਲ ਅਧਿਕਾਰ ਠੀਕ ਹੈ ਜਾਨਕੀ ਮੌਲਿਕ ਅਧਿਕਾਰ ਜੀ ਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਫੰਡਾਮੈਂਟਲ ਰਾਈਟ ਬਟ ਹੁਣ ਦੋਸਤੋ ਇਹ ਹੋ ਗਿਆ ਜੀ ਕਾਨੂੰਨੀ ਅਧਿਕਾਰ ਤਾਂ ਆਪਸ਼ਨ ਸੀ ਜਿਹੜਾ ਹੈ ਇਸ ਸਵਾਲ ਦਾ ਸਹੀ ਜਵਾਬ ਹੈ ਹੁਣ ਪ੍ਰੋਪਰਟੀ ਵਾਲਾ ਜਿਹੜਾ ਰਾਈਟ ਹੈ ਇਹ ਹੈ ਜੀ ਇੱਕ ਕਾਨੂੰਨੀ ਅਧਿਕਾਰ ਤਾਂ ਚਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 27 ਪੁੱਛਿਆ ਗਿਆ ਹੈ ਪ੍ਰੋਪਰਟੀ ਦੇ ਬੁਨਿਆਦੀ ਅਧਿਕਾਰ ਨੂੰ ਕਦੋਂ ਖਤਮ ਕੀਤਾ ਗਿਆ ਤਾਂ ਇਹ ਸਵਾਲ ਦਾ ਜਵਾਬ ਮੈਂ ਤੁਹਾਨੂੰ ਬਹੁਤ ਵਾਰ ਪ੍ਰੋਵਾਈਡ ਕਰਵਾਇਆ ਤਾਂ ਹੁਣ ਬਈ ਸਾਰੇ ਕੈਂਡੀਡੇਟ ਇਸ ਸਵਾਲ ਦਾ ਜਵਾਬ ਲਿਖ ਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਭੇਜੋ ਤਾਂ ਕੀ ਸਹੀ ਜਵਾਬ ਬਣਦਾ ਹੈ ਜੀ ਇਸ ਦਾ 1978 অপশন এ سوال ਦਾ ਸਹੀ ਜਵਾਬ ਹੈ ਪ੍ਰਾਪਰਟੀ ਦੇ ਜਿਹੜੇ ਬੁਨਿਆਦੀ ਅਧਿਕਾਰ ਹੈ ਫੰਡਮੈਂਟਲ ਰਾਈਟ ਹੈ ਇਹਨੂੰ ਖਤਮ ਕੀਤਾ ਗਿਆ ਸੀ ਜੀ 1978 ਦੇ ਵਿੱਚ 14 ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 28 ਪੁੱਛਿਆ ਗਿਆ ਜੀ ਕਿਸ ਸੰਵਿਧਾਨ ਸੋਧ ਐਕਟ ਦੇ ਰਾਹੀਂ ਪ੍ਰਾਪਰਟੀ ਦੇ ਬੁਨਿਆਦੀ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਤਾਂ ਕਿਹੜਾ ਸੋਧ ਸੀ ਜੀ ਇਹ ਸੀ 42ਵਾਂ ਆਪਸ਼ਨ ਬੀ ਇਸ ਸਵਾਲ ਦਾ ਸਹੀ ਜਵਾਬ ਹੈ 1978 ਦੇ ਵਿੱਚ 44ਵਾਂ ਸੰਸ਼ੋਧਨ ਹੋਇਆ ਤੇ ਉਸ ਦੇ ਤਹਿਤ ਹੀ ਪ੍ਰਾਪਰਟੀ ਦਾ ਜਿਹੜਾ ਰਾਈਟ ਹੈ ਉਹਨੂੰ ਮੂਲ ਅਧਿਕਾਰ ਤੋਂ ਖਤਮ ਕਰ ਦਿੱਤਾ ਗਿਆ ਜਾਨਕੀ ਬੁਨਿਆਦੀ ਅਧਿਕਾਰ ਤੋਂ ਹਟਾ ਕੇ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਤਾਂ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 29 ਪੁੱਛਿਆ ਗਿਆ ਜੀ ਪ੍ਰਾਪਰਟੀ ਦੇ ਅਧਿਕਾਰ ਨੂੰ ਬੁਨਿਆਦੀ ਅਧਿਕਾਰ ਦੀ ਸ਼੍ਰੇਣੀ ਤੋਂ ਹਟਾ ਕੇ ਕਿਹੜੇ ਲੇਖ ਦੇ ਵਿੱਚ ਅਰਖਿਆ ਗਿਆ ਹੁਣ ਆਰਟੀਕਲ ਦੱਸਣਾ ਹੈ ਕਿ ਹਟਾਤਾ ਦਿੱਤਾ ਗਿਆ ਠੀਕ ਹੈ 1978 ਦੇ ਵਿੱਚੋਂ ਉਠਾਇਆ ਗਿਆ ਤੇ 44ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ ਸੰਵਿਧਾਨ ਦੀ ਸ਼ੋਧ ਹੋਈ ਸੀ ਹੁਣ ਤੁਸੀਂ ਦੱਸਣਾ ਹੈ ਕਿ ਹਟਾਉਣ ਤੋਂ ਬਾਅਦ ਇਹਨੂੰ ਕਿਹੜੇ ਆਰਟੀਕਲ ਦੇ ਵਿੱਚ ਫਿੱਟ ਕੀਤਾ ਗਿਆ ਹੁੰਦਾ ਨਾ ਆਪਾਂ ਇੱਕ ਰੂਮ ਦੇ ਵਿੱਚੋਂ ਚੀਜ਼ ਕੱਢੀਏ ਦੂਜੇ ਰੂਮ ਦੇ ਵਿੱਚ ਫਿੱਟ ਕਰ ਦਿੰਦੇ ਆ ਤਾਂ ਤੁਸੀਂ ਦੱਸਣਾ ਹੈ ਕਿ ਕਿਹੜੇ ਆਰਟੀਕਲ ਦੇ ਵਿੱਚ ਇਹਨੂੰ ਫਿੱਟ ਕੀਤਾ ਗਿਆ ਤਾਂ ਸਹੀ ਜਵਾਬ ਹੈ ਜੀ অপਸ਼ਨ B ਆਰਟੀਕਲ 300 ਕ ਠੀਕ ਹੈ ਤਾਂ ਤੁਸੀਂ ਇਹ ਚੀਜ਼ ਜਿਹੜੀ ਹੈ ਯਾਦ ਰੱਖਣੀ ਟੁਇਲ ਦੇ ਨੈਕਸਟ ਕੁਐਸਚਨ ਦੇ ਵੱਲ ਕੁਐਸਚਨ ਨੰਬਰ ਹੈ ਜੀ 3ਵਾਂ ਪੁੱਛਿਆ ਗਿਆ ਹੈ 6 ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਕੀ ਮੂਲ ਅਧਿਕਾਰ ਹੈ ਜਾਂ ਫਿਰ ਸਾਇਤਿਕ ਅਧਿਕਾਰ ਹੈ ਜਾਂ ਰਾਜ ਦੇ ਨੀਤੀ ਨਿਰਦੇਸ਼ਾਂ ਸਿਧਾਂਤਾਂ ਦੇ ਵਿੱਚ ਸ਼ਾਮਲ ਹੈ ਜਾਂ ਫਿਰ ਇਨਾਂ ਵਿੱਚੋਂ ਕੋਈ ਨਹੀਂ ਤਾਂ ਫਟਾਫਟ ਤੁਸੀਂ ਕਮੈਂਟ ਕਰਕੇ ਦੱਸੋ ਕਿ 6 ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੇ ਵਾਸਤੇ ਸਿੱਖਿਆ ਦਾ ਅਧਿਕਾਰ ਜਿਹੜਾ ਹੈ ਉਹ ਕਿਹੜਾ ਅਧਿਕਾਰ ਹੈ ਤਾਂ ਇਥੇ ਜਿਸ ਦਾ ਜਵਾਬ ਤਾਂ ਸਾਰੇ ਕੈਂਡੀਡੇਟਸ ਨੂੰ ਪਤਾ ਹੋਵੇਗਾ ਇਹ ਹੁੰਦਾ ਜੀ ਮੂਲ ਅਧਿਕਾਰ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਜਿਹੜੇ ਬੱਚੇ ਹੈ ਉਹਨਾਂ ਦੇ ਵਾਸਤੇ ਸਿੱਖਿਆ ਜਿਹੜੀ ਹੈ ਇੱਕ ਮੂਲ ਅਧਿਕਾਰ ਹੈ ਤੇ ਉਹਨਾਂ ਦਾ ਹੱਕ ਹੈ ਸਿੱਖਿਆ ਲੈਣਾ ਠੀਕ ਹੈ ਸੋ ਐਸੀ ਦੋਸਤੋ ਅੱਜ ਦੀ ਇੰਪੋਰਟੈਂਟ ਕਲਾਸ ਬਟ ਮੈਨੂੰ ਲੱਗਦਾ ਹੈ ਹੁਣ ਵੀ ਕਾਫੀ ਕੁਐਸਚਨ ਜਿਹੜੇ ਫੰਡਾਮੈਂਟਲ ਰਾਈਟ ਦੇ ਹਾਲੇ ਤੱਕ ਰਹਿ ਗਏ ਜਦੋਂ ਵੀ ਟਾਈਮ ਮਿਲਿਆ ਤੁਹਾਡੇ ਵਾਸਤੇ ਸੈਕਿੰਡ ਕਲਾਸ ਲੈ ਕੇ ਆਵਾਂਗੇ ਤੇ ਭਾਈ ਜਿੱਕੇ ਦੀ ਜਿਹੜੀ ਬੁੱਕ ਹੈ ਇੱਕ ਤਾਂ ਜਿਹੜੇ ਸਟੋਕ ਹੈ ਉਹ ਆਊਟ ਹੋ ਚੁੱਕਿਆ ਸੀ ਸੈਕਿੰਡ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਪ੍ਰੋਵਾਈਡ ਮੈਂ ਕਰਵਾ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਪੰਜਾਬ ਜਿੱਕੇ ਦੇ ਨੋਟਸ ਚਾਹੋ ਤਾਂ ਲੈ ਸਕਦੇ ਹੋ ਗ੍ਰਾਮਰ ਦੇ ਨੋਟਸ ਲੱਗ ਚੁੱਕੇ ਹੈ ਪੋਲਿਟੀ ਦੇ ਨੋਟਸ ਭਾਈ ਤਿਆਰ ਹੋ ਰਹੇ ਹੈ ਬੜੇ ਟਫ ਤਿਆਰ ਹੋ ਰਹੇ ਹੈ ਤਾਂ ਥੋੜਾ ਜਿ ਤਾਂ ਇਹ ਅਪਡੇਟ ਸੀ ਬਾਕੀ ਆਪਾਂ ਲੈ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ